ਬਠਿੰਡਾ ਦੀ ਵਿਸ਼ਕਰਮਾ ਮਾਰਕੀਟ ਅਤੇ ਸੁਭਾਸ਼ ਮਾਰਕੀਟ ਵਿੱਚ ਬਾਬਾ ਵਿਸ਼ਕਰਮਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਮਿਸਤਰੀਆਂ ਵੱਲੋਂ ਆਪਣੇ ਔਜ਼ਾਰ ਸਾਫ਼ ਕਰਕੇ ਬਾਬਾ ਵਿਸ਼ਕਰਮਾ ਜੀ ਦੀ ਪੂਜਾ ਕੀਤੀ ਗਈ। ਉਹਨਾਂ ਦੁਆਰਾ ਸੁਖਮਨੀ ਸਾਹਿਬ ਦਾ ਪਾਠ ਵੀ ਕੀਤਾ ਗਿਆ ਅਤੇ ਲੰਗਰ ਲਗਾਏ ਗਏ। ਇਸ ਮੌਕੇ ਤੇ ਵਿਸ਼ਵਕਰਮਾ ਮਾਰਕੀਟ ਪ੍ਰਧਾਨ ਅਵਤਾਰ ਸਿੰਘ ਨੇ ਕਿਹਾ, ਬਾਬਾ ਵਿਸ਼ਕਰਮਾ ਜੀ ਸਾਡੇ ਮਹਾਨ ਦੇਵਤਾ ਹੋਏ ਸੀਗੇ ਜੀ। ਅੱਜ ਅਸੀਂ ਉਹਨਾਂ ਦਾ ਮਤਲਬ ਜਨਮ ਦਿਨ ਮਨਾ ਰਹੇ ਹਾਂ ਜੀ, ਅਤੇ ਅਸੀਂ ਅੱਜ ਸੰਦਾਂ ਦੀਆਂ ਪੂਜਾ ਕੀਤੀ ਹੈ ਜੀ, ਅਤੇ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਜੀ, ਇੱਦੋਂ ਹਵਨ ਵੀ ਕੀਤਾ ਜੀ। ਸਾਰੇ ਸਾਡੇ ਮੈਂਬਰਾਂ ਨੇ ਬਹੁਤ ਸਾਥ ਦਿੱਤਾ, ਅਸੀਂ ਸਾਰੇ ਵਿਸ਼ਵ ਨੂੰ ਸ਼ਾਂਤੀ ਵਾਸਤੇ ਸਾਡੇ ਬਾਬਾ ਜੀ ਨੇ ਕੰਮ ਕੀਤਾ ਜੀ, ਸਾਰੀ ਸ੍ਰਿਸ਼ਟੀ ਵਾਸਤੇ ਉਹਨਾਂ ਨੇ ਸ਼ਿਲਪਕਾਰਾਂ ਵਾਸਤੇ ਕੰਮ ਕੀਤੇ ਆ। ਉਹਨਾਂ ਦੇ ਕੀਤੇ ਹੋਏ ਕੰਮਾਂ 'ਤੇ ਹੀ ਅਸੀਂ ਉਹਨਾਂ ਦੇ ਕਰਮਾਂ 'ਤੇ ਅਸੀਂ ਚੱਲ ਰਹੇ ਹਾਂ ਜੀ। ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਅਸੀਂ ਬੱਚੇ ਹਾਂ, ਅਤੇ ਇਸੇ ਤਰ੍ਹਾਂ ਪਰਮਾਤਮਾ ਸਾਰੇ ਵਿਸ਼ਵ ਨੂੰ ਸ਼ਾਂਤੀ ਦੇਵੇ।